ਸਤਿਗੁਰਾਂ ਦੇ ਬਚਨ ਸੁਣ ਕੇ ਮਾਤਾ ਜੀ ਦੇ ਦਿਲ ਵਿੱਚ ਨਵਾਂ ਉਤਸ਼ਾਹ ਜਾਗਿਆ। ਮਾਤਾ ਜੀ ਪਹਿਰ ਦੇ ਤੜਕੇ ਉੱਠੇ, ਆਪਣੇ ਹੱਥੀਂ ਦੁੱਧ ਰਿੜਕਿਆ ਅਤੇ ਮਿੱਠੀ ਸੁਰ ਦੇ ਵਿੱਚ ਗੁਰਬਾਣੀ ਦਾ ਜਾਪ ਕੀਤਾ, ਮੱਖਣੀ ਦਾ ਛੰਨਾ ਭਰਿਆ, ਕਣਕ ਅਤੇ ਛੋਲਿਆਂ ਦਾ ਆਟਾ ਮਿਲਾ ਕੇ ਮਿੱਸੀਆਂ ਰੋਟੀਆਂ ਤਿਆਰ ਕੀਤੀਆਂ, ਮਰਿਆਦਾ ਦੇ ਨਾਲ ਚਿੱਟੇ ਪੋਣੇ ਵਿੱਚ ਬੰਨੀਆਂ ਅਤੇ ਮਾਤਾ ਜੀ ਨੇ ਗੰਢੇ ਤੇ ਗੁੜ ਦੀ ਰੋੜੀ ਬੰਨ ਕੇ ਲੱਸੀ ਦਾ ਕੁੱਜਾ ਭਰਿਆ। ਮਾਤਾ ਜੀ ਨੰਗੇ ਪੈਰੀ ਤੁਰ ਕੇ ਬੀੜ ਵਿੱਚ ਪਹੁੰਚੇ ਹਨ। ਉਧਰ ਬਾਬਾ ਜੀ ਕਿਰਤੀ ਸਿੱਖ ਬੀੜ ਵਿੱਚ ਕੰਮ ਕਰ ਰਹੇ ਹਨ ਅਤੇ ਬਾਬਾ ਜੀ ਨੂੰ ਭੁੱਖ ਵੀ ਡਾਢੀ ਲੱਗੀ ਹੋਈ ਸੀ। ਮਿੱਸੇ ਪ੍ਰਸ਼ਾਦੇ ਅਤੇ ਗੰਢੇ ਬੜੇ ਸਵਾਦ ਲੱਗੇ। ਮੱਖਣੀ ਦੇ ਛੰਨੇ ਵਿੱਚੋਂ ਦੋ ਬੁਰਕੀਆਂ ਲਾ ਕੇ ਸਿੱਖ ਪੁੱਤ ਅਤੇ ਮਾਤਾ ਜੀ ਦਾ ਪਿਆਰ ਇੱਕ ਮਿਕ ਹੋ ਗਿਆ। ਗੁਰੂ ਘਰ ਦੀ ਮਾਨ ਯੋਗ ਹਸਤੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਤਲੀ ਦੇ ਉੱਤੇ ਗੰਢਾ ਭੰਨ ਕੇ ਮਾਤਾ ਜੀ ਨੂੰ ਇਉਂ ਫਰਮਾਇਆ, ਮਾਤਾ ਜੀ ਤੇਰੇ ਘਰ ਦੇ ਵਿੱਚ ਇੱਕ ਸੂਰਮਾ ਪੁੱਤਰ ਪੈਦਾ ਹੋਊਗਾ ਜਿਹੜਾ ਮੀਰੀ ਤੇ ਪੀਰੀ ਦਾ ਮਾਲਕ, ਸ਼ਕਤੀ ਤੇ ਭਗਤੀ ਦਾ ਮਾਲਕ ਅਤੇ ਦੁਸ਼ਮਣਾਂ ਦਾ ਸਿਰ ਐਸ ਗੰਢੇ ਵਾਂਗੂ ਭੰਨੂਗਾ। ਮਾਨਯੋਗ ਬਾਬਾ ਜੀ ਮਾਤਾ ਜੀ ਨੂੰ ਇਉਂ ਫਰਮਾਉਣ ਲੱਗੇ ਬਈ।